ਬਰਨਾਲਾ ਦੇ ਇੱਕ ਕਾਲਜ ਵਿੱਚ ਘਰ ਘਰ ਹਰਿਆਲੀ ਮੁਹਿੰਮ ਦੇ ਤਹਿਤ ਸਾਬਕਾ MLA ਅਤੇ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਸਰਦਾਰ ਕੇਵਲ ਸਿੰਘ ਢਿੱਲੋਂ ਦੁਆਰਾ ਬੂਟੇ ਲਗਾਏ ਗਏ। ਇਸ ਮੌਕੇ ਤੇ ਵਣ ਰੇਂਜ ਅਫਸਰ ਅਜੀਤ ਸਿੰਘ ਵੱਲੋਂ 500 ਦੇ ਕਰੀਬ ਪੌਦੇ ਵੱਖ ਵੱਖ ਪਿੰਡਾਂ ਤੋਂ ਆਏ ਨੌਜਵਾਨਾਂ ਅਤੇ ਲੋਕਾਂ ਨੂੰ ਵੰਡੇ ਗਏ। ਸਾਰੇ SD ਕਾਲਜ ਇਕੱਠੇ ਹੋਏ ਹਾਂ। ਮੈਂ SD ਕਾਲਜ ਦੀ ਸਮੂਹ ਮੈਨੇਜਮੈਂਟ ਦਾ ਔਰ ਵਣ ਵਿਭਾਗ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਬਹੁਤ ਧੰਨਵਾਦ ਕਰਦੇ ਹਾਂ ਕਿ ਅੱਜ ਜਿਹੜਾ ਇੱਥੇ ਅਸੀਂ ਰੁੱਖ ਲਾਏ ਨੇ, ਦਰਖਤ ਲਾਏ ਨੇ, ਬਹੁਤ ਵੱਡੀ ਜਿਹੜੀ ਮੁਹਿੰਮ ਆ ਉਹਦੀ ਪ੍ਰਸ਼ੰਸਾ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਇੱਕ ਬਹੁਤ ਵੱਡੀ ਜਿਹੜੀ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਆ, ਤੰਦਰੁਸਤ ਪੰਜਾਬ ਘਰ ਘਰ ਹਰਿਆਲੀ, ਉਹਨੂੰ ਦੇਖਦੇ ਹੋਏ ਅੱਜ ਸਾਰਿਆਂ ਨੇ ਬੜੇ ਹੌਸਲੇ ਨਾਲ SD ਕਾਲਜ ਦੇ ਜਿਹੜੇ ਨੌਜਵਾਨ ਸਟੂਡੈਂਟਸ ਨੇ, ਟੀਚਰਸ ਨੇ, ਮੈਨੇਜਮੈਂਟ ਆ, ਸਾਰਿਆਂ ਨੇ ਦਰਖਤ ਲਾਏ ਨੇ ਔਰ ਇਹ ਦਰਖਤ ਅਸੀਂ ਲਾਉਣੇ ਹਾਂ ਵੀ ਇਹਨਾਂ ਦੀ ਸੰਭਾਲ ਵੀ ਕਰਨੀ ਹੈ। ਜੇ ਦਰਖਤ ਹੋਣਗੇ ਸਾਡੀ ਕੁਦਰਤ, ਜੇ ਦਰਖਤ ਲੱਗਣਗੇ ਤਾਂ ਹੀ ਸਾਨੂੰ ਇੱਕ ਸਾਫ਼ ਹਵਾ ਮਿਲੇਗੀ, ਸਾਨੂੰ ਪਾਣੀ ਮਿਲੇਗਾ, ਸਾਡੇ ਜਿਹੜੇ ਮੀਂਹ ਪੈਣਗੇ। ਹੁਣ ਦੇਖੋ ਜਿਹੜਾ ਅੱਜ ਕੱਲ੍ਹ ਮੀਂਹ ਨਹੀਂ ਪੈਂਦੇ, ਉਹ ਦਰਖਤ ਕੱਟੇ ਜਾ ਰਹੇ ਆ, ਦਰਖਤ ਘੱਟਦਾ ਆ। ਸਾਰਿਆਂ ਨੇ ਅਸੀਂ ਇਹ ਪ੍ਰਣ ਕੀਤਾ ਕਿ ਅੱਜ ਘੱਟੋ ਘੱਟ ਇੱਕ ਦਰਖਤ ਲਾਏਗਾ। 500 ਦਰਖਤ ਅੱਜ ਵਣ ਵਿਭਾਗ ਵਾਲਿਆਂ ਨੇ ਦਿੱਤੇ ਆ, ਉਹਨਾਂ ਨੇ ਕਿ ਜਿੰਨੇ ਹੋਰ ਤੁਹਾਨੂੰ ਚਾਹੀਦੇ ਨੇ ਪੌਦੇ ਉਨੇ ਹੋਰ ਦਿੱਤੇ ਜਾਣਗੇ। ਸੋ ਬਹੁਤ ਵਧੀਆ ਉਪਰਾਲਾ, ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ।